हाँ जी पंजाबीओ वाहेगुरु जी का खालसा जी वाहेगुरु जी की फतेह। गल करनी है अज पंजाब दे विच दो अहम मुद्दे है। पहली गल तां इह कि साडे पंजाबियां दी फितरत यह हो गई है कि असी जदों किसे ते विपता पैंदी है असी नाल नहीं खड़दे। ओह भावें अगला साडे लई हजारां बार खड़िया होवे पर असी पिठ दिखा के भज जांदे हां ते तां ही साडे सरकारां सित्तर लाउंदियां ने। गल सुखपाल खहरे दी करदे हां, पार्टीबाजी तो उपर उठ के असी ना कोई अकाली कांग्रेसी हाँ ते ना ही असी किसी होर पार्टी दे हाँ, असी सिर्फ पंजाब दे हाँ, पंजाब दी सेवा करने लई बणेंगे। इत्थे बहुत जिहड़े कांग्रेसी ने जिहड़े कहिंदे असी पंजाब बचावांगे असी पंजाब हितैषी हाँ, अज कित्थे भज गए बई सुखपाल खहरे नाल क्यों नहीं खड़े। आ जदों झाड़ू दी सरकार आ केजरीवाल दा ताना सार वैया सुखपाल खहरे ते परचे पा के उहनूं अंदर सुट्टना चाहुंदा है ते फिर वड्डे हितैषी आ राजे बड़िंग अरगे बाजवा अरगे जां होर जिहड़े इन्हां दे वड्डे लीडर है ਉਹ ਕਿਉਂ ਨਹੀਂ ਅੱਜ ਬੋਲ ਰਹੇ? ਤਾਂ ਨਹੀਂ ਬੋਲ ਰਹੇ ਕਿਉਂਕਿ ਅੰਦਰੋਂ ਗੰਢ ਧੁੱਪ ਹੈ, ਅੰਦਰੋਂ ਇਕੱਠੇ ਹੈ। ਇਹ ਚਾਹੁੰਦੇ ਆ ਵੀ ਪੰਜਾਬ ਦੇ ਹੱਕਾਂ ਦੇ ਵਿੱਚ ਬੋਲਣ ਵਾਲਾ ਕੋਈ ਵੀ ਬੰਦਾ ਇਹਨਾਂ ਦਾ ਰਾਹ ਦਾ ਰੋੜਾ ਨਾ ਬਣੇ, ਜੋ ਕਿ ਸੁਖਪਾਲ ਖਹਿਰਾ ਬਣਿਆ ਹੋਇਆ। ਸੁਖਪਾਲ ਖਹਿਰਾ ਉਹ ਇਨਸਾਨ ਹੈ ਪੰਜਾਬ ਦੇ ਲੋਕੋ, ਯਾਦ ਕਰ ਲਿਓ। ਫਿਰ ਹੁਣ ਸੁਖਪਾਲ ਖਹਿਰਾ ਉਹ ਹੈ ਜਦੋਂ ਕਾਂਗਰਸ UAPA ਲਾ ਰਹੀ ਸੀ ਤਾਂ ਸਾਡੇ ਹੱਕ 'ਚ ਖੜਾ। ਸੁਖਪਾਲ ਖਹਿਰਾ ਉਹ ਹੈ ਜਦੋਂ ਝਾੜੂ ਵਾਲੇ NSA ਲਾ ਕੇ ਡਿਬਰੂਗੜ੍ਹ ਭੇਜ ਰਹੇ ਸੀ, ਸਾਡੇ ਹੱਕ 'ਚ ਖੜਾ। ਸੁਖਪਾਲ ਖਹਿਰਾ ਉਹ ਹੈ ਜਿਹੜਾ ਪਾਣੀਆਂ ਦੇ ਮੋਰਚਿਆਂ 'ਚ ਜਾਂਦਾ, ਜਿਹੜਾ ਪੰਜਾਬ ਦੀ ਜਵਾਨੀ ਦੀ ਗੱਲ ਕਰਦਾ, ਜਿਹੜਾ ਸਾਡੀ ਕੌਮ ਦੀ ਗੱਲ ਕਰਦਾ, ਸਿੱਖੀ ਦੀ ਗੱਲ ਕਰਦਾ, ਸੁਖਪਾਲ ਖਹਿਰਾ ਉਹ ਹੈ। ਪਰ ਅੱਜ ਪੰਜਾਬ ਦੇ ਲੋਕੋ ਤੁਸੀਂ ਪਿੱਠ ਨਾ ਦਿਖਾਇਓ। ਜਦੋਂ ਜਦੋਂ ਸਾਨੂੰ ਲੋੜ ਪਈ ਹੈ, ਜਦੋਂ ਜਦੋਂ ਸਾਡੀ ਨੌਜਵਾਨੀ ਦਾ ਘਾਣ ਹੋਇਆ, ਉਦੋਂ ਉਦੋਂ ਹੀ ਸੁਖਪਾਲ ਸਿੰਘ ਖਹਿਰਾ ਅੱਗੇ ਹੋ ਕੇ ਲੜਿਆ। ਇਕੱਲਾ ਲੀਡਰ ਹੈ ਜਿਹੜਾ ਇਹ ਨਹੀਂ ਸੋਚਦਾ ਕਿ ਮੈਨੂੰ ਹਾਈ ਕਮਾਨ ਕੀ ਕਹੂਗੀ, ਜਿਹੜਾ ਇਹ ਨਹੀਂ ਸੋਚਦਾ ਕਿ ਮੈਨੂੰ ਹਾਈ ਕਮਾਨ ਪਾਰਟੀ ਚੋਂ ਕੱਢ ਦੂਗੀ। ਉਹਨੇ ਪਾਰਟੀਆਂ ਪੂਟੀਆਂ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ, ਕਿਉਂਕਿ ਉਹ ਪੰਜਾਬ ਦੀ ਲੜਾਈ ਲੜਦਾ, ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਪੰਜਾਬ ਹਿਤੈਸੀ ਹੈ। ਪਰ ਜਿਹੜੇ ਅੱਜ ਪੰਜਾਬ ਦੇ ਵਿਰੋਧੀ ਨੇ, ਜਿਹੜੇ ਪੰਜਾਬ ਨੂੰ ਲੁੱਟਣਾ ਕੁੱਟਣਾ ਚਾਹੁੰਦੇ ਆ, ਉਹ ਸਾਰੇ ਇਕੱਠੇ ਆ। ਜਿਹੜੇ ਹੱਕਾਂ ਦੀ ਗੱਲ ਕਰਦੇ ਆ, ਜਿਹੜੇ ਮੁੱਦਿਆਂ ਤੇ ਲੜਦੇ ਆ, ਉਹ ਅੱਜ ਵਿਚਾਰੇ ਸਾਈਡ ਤੇ ਹੋ ਗਏ ਨੇ। ਆ ਰਾਜੇ ਬੜਿੰਗ ਵਰਗਿਆਂ ਦੀ ਗੰਢ ਧੁੱਪ ਹੈ ਭਗਵੰਤ ਮਾਨ ਨਾਲ, ਆ ਬਿੱਟੂ ਵਰਗਿਆਂ ਦੀ, ਆ ਬਾਜਵੇ ਵਰਗਿਆਂ ਦੀ। ਇਹ ਪੈਰੀ ਹੱਥ ਲਾਉਂਦੇ ਆ ਕੇਜਰੀਵਾਲ ਦੇ, ਉਹੀ ਥੋੜੀ ਲਾਉਂਦੇ ਆ। ਇਸ ਕਰਕੇ ਪੰਜਾਬ ਦੇ ਲੋਕੋ, ਸੁਖਪਾਲ ਸਿੰਘ ਖਹਿਰੇ ਨਾਲ ਅੱਜ ਖੜਨ ਦਾ ਟਾਈਮ ਆ ਗਿਆ। ਅਗਲਾ ਸਾਡੇ ਲਈ ਖੜਿਆ, ਸਾਡੀ ਸਿੱਖ ਕੌਮ ਲਈ ਖੜਿਆ। ਸਿੱਖਾਂ ਦੀ ਗੱਲ ਕੀਤੀ, ਨਵਰੀਤ ਨੂੰ ਸ਼ਹੀਦੀ ਦਾ ਦਰਜਾ ਦਵਾਇਆ, ਸਾਡਾ ਸਿੱਖਾਂ ਦਾ ਸ਼ਹੀਦ ਹੋਇਆ ਸੀ ਨਾ ਨਵਰੀਤ, ਗੋਲੀ ਮਾਰ ਕੇ ਪੁਲਿਸ ਨੇ ਗੋਲੀ ਮਾਰੀ, ਪਹਿਲਾਂ ਉਹਨੂੰ ਉਹਦੇ ਵਾਸਤੇ ਲੜਿਆ, ਸ਼ਹੀਦ ਦਾ ਦਰਜਾ ਦਬਾ ਕੇ ਸਾਹ ਲਿਆ ਜਦੋਂ ਕੋਈ ਨਹੀਂ ਬੋਲਦਾ ਸੀ ਸੈਂਟਰ ਦੇ ਖਿਲਾਫ। ED ਨੇ ਰੇਡਾਂ ਮਾਰੀਆਂ, ਝੱਲਣਾ ਬਹੁਤ ਕੁਛ ਪਿਆ ਸਾਡੇ ਲਈ ਸੁਖਪਾਲ ਖਹਿਰੇ ਨੂੰ। ED ਨੇ ਰੇਡਾਂ ਮਾਰੀਆਂ, ਜੇਲ੍ਹ 'ਚ ਆਇਆ ਆ, ਪਰ ਈਨ ਨਹੀਂ ਮੰਨੀ। BJP ਕਹਿੰਦੀ ਸੀ ਸਾਡੇ 'ਚ ਆ ਜਾ, ਪਰ ਗਿਆ ਨਹੀਂ, ਹਮੇਸ਼ਾ ਸਾਡੇ ਲਈ ਖੜਿਆ। ਭਾਵੇਂ ਕਿ ਅੱਜ ਕਾਂਗਰਸ ਉਹ ਪਾਰਟੀ 'ਚ ਆ ਜਿਹੜੀ ਪਾਰਟੀ ਨੇ ਸਤਿਆਨਾਸ਼ ਕੀਤਾ ਪੰਜਾਬ ਦਾ, ਪਰ ਉੱਥੇ ਰਹਿ ਕੇ ਵੀ ਇੱਕ ਪਲੇਟਫਾਰਮ ਬਣਾਈ ਫਿਰਦਾ, ਪੰਜਾਬ ਦੇ ਹੱਕਾਂ ਦੀ ਖਾਤਰ ਬੋਲ ਰਿਹਾ। ਇੱਥੇ ਝਾੜੂ ਦਾ ਕੋਈ ਛੋਟਾ ਮੋਟਾ ਵਰਕਰ ਹੋਵੇ, ਜਿਹੜੇ ਪਿੰਡਾਂ 'ਚ ਹੁੰਦੇ ਆ, ਉਹੀ ਕਹਿ ਦਿੰਦੇ ਆ ਪਾਰਟੀ ਬਾਰੇ ਸੋਚਣਾ ਪੈਂਦਾ, ਬਈ ਅਸੀਂ ਤਾਂ ਬੋਲ ਨਹੀਂ ਸਕਦੇ, ਤੁਸੀਂ ਬੋਲ ਦਿਓ। ਜਿਹੜੇ ਪਿੰਡਾਂ 'ਚ ਹੁੰਦੇ ਆ ਨਾ ਸਾਡੇ, ਛੋਟੇ ਛੋਟੇ ਵਰਕਰ ਛੋਟੀਆਂ ਛੋਟੀਆਂ ਅਹੁਦੇਦਾਰੀਆਂ ਤੋਂ ਡਰਨ ਲੱਗ ਜਾਂਦੇ ਆ, ਕਿਸੇ ਲੀਡਰ ਦੇ ਖਿਲਾਫ ਨਹੀਂ ਬੋਲਦੇ, ਅਗਲਾ ਜਦੋਂ ਬੋਲਦਾ ਹਾਈ ਕਮਾਨ ਦੇ ਖਿਲਾਫ ਵੀ ਬੋਲ ਪੈਂਦਾ। ਇਹਨੂੰ ਕਹਿੰਦੇ ਆ ਜੁਰਤ, ਇਹਨੂੰ ਕਹਿੰਦੇ ਆ ਜਿਗਰਾ। ਪਰ ਪੰਜਾਬ ਦੇ ਲੋਕੋ, ਤੁਸੀਂ ਵੀ ਜਿਗਰੇ ਦਿਖਾਉਣੇ ਸਟਾਰਟ ਕਰ ਦਿਓ, ਜਿਵੇਂ ਸਾਡੇ ਪੁਰਖਿਆਂ ਨੇ ਦਿਖਾਏ ਹੋਏ ਆ। ਵੱਡੇ ਦਿਲ ਕਰੋ, ਜਿਹੜਾ ਸਾਡੇ ਲਈ ਲੜਦਾ ਉਹਦੇ ਲਈ ਖੜੋ, ਉਹਦੇ ਲਈ ਲੜੋ। ਇਹ ਨਾ ਹੋਵੇ ਬਾਅਦ ਦੇ ਵਿੱਚ ਸਾਡੇ ਲਈ ਲੜਨ ਵਾਲਾ ਕੋਈ ਰਹੇ ਨਾ, ਤੇ ਫਿਰ ਅਸੀਂ ਮੱਥੇ ਤੇ ਹੱਥ ਮਾਰ ਮਾਰ ਕੇ ਰੋਵਾਂਗੇ ਕਿ ਯਾਰ ਜਦੋਂ ਕੋਈ ਬੰਦਾ ਸਾਡੇ ਹੱਕਾਂ ਦੀ ਗੱਲ ਕਰ ਰਿਹਾ ਸੀ, ਸਾਡੇ ਨਾਲ ਖੜ ਰਿਹਾ ਸੀ, ਉਦੋਂ ਅਸੀਂ ਬੋਲੇ ਨਹੀਂ, ਤੇ ਅੱਜ ਅਸੀਂ ਪਛਤਾਉਣੇ ਆ ਕਿ ਅਸੀਂ ਚੰਗਾ ਲੀਡਰ ਗਵਾ ਲਿਆ। ਭਗਵੰਤ ਮਾਨ ਦੀ ਸਰਕਾਰ ਖਹਿਰੇ ਤੇ ਕਿਉਂ ਲੱਗਦੀ ਹੈ? ਦੂਜਾ ਮੁੱਦਾ ਇਹ ਹੈ, ਕਿਉਂਕਿ ਖਹਿਰੇ ਨੇ ਇਹਨਾਂ ਦੇ ਕਟਾਰੂ ਚੱਕ ਵਰਗਿਆਂ ਦੀਆਂ ਵੀਡੀਓ ਨੇ ਜਿਹੜੀਆਂ ਅਸਲੀਲ ਹਰਕਤਾਂ ਕਰਦਿਆਂ ਦੀਆਂ, ਉਹ ਲਿਆ ਕੇ ਗਵਰਨਰ ਨੂੰ ਸੌਂਪਤੀਆਂ ਨੇ। ਪਰ ਮੈਂ ਝਾੜੂ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਸ਼ੁਕਰ ਕਰੋ ਉਹ ਵੀਡੀਓ ਖਹਿਰੇ ਕੋਲੇ ਵਗੀਆਂ, ਜੇ ਕਿਸੇ ਹੋਰ ਕੋਲੇ ਹੁੰਦੀਆਂ ਤਾਂ ਅੱਜ ਨੂੰ ਤੁਹਾਡਾ ਕਾਲਾ ਮੂੰਹ ਹੋਇਆ ਹੁੰਦਾ, ਅੱਜ ਨੂੰ ਉਹ ਸੋਸ਼ਲ ਮੀਡੀਆ ਤੇ ਚੱਲੀਆਂ ਹੁੰਦੀਆਂ, ਤੇ ਤੁਹਾਡੇ ਜਲੰਧਰ ਜਿਮਣੀ ਚੋਣ ਦੇ ਵਿੱਚ ਕਿੰਨਾ ਫਰਕ ਪੈਂਦਾ। ਉਹ ਖਹਿਰੇ ਹੀ ਆ ਜਿਹੜਾ ਸੋਚ ਗਿਆ ਵੀ ਯਾਰ ਹਰੇਕ ਬੰਦੇ ਦੀ ਇੱਜ਼ਤ ਹੈ, ਉਹਨੇ ਕਿਹਾ ਵੀ ਹੈ ਵੀ ਮੈਂ ਕਿਸੇ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਕਰੂੰਗਾ। ਪਰ ਜਿਹੜੀ ਸ਼ਿਕਾਇਤ ਕਰਨੀ ਸੀ ਉਹਨੇ ਕੀਤੀ, ਉਹਨੇ ਸਿਆਣਪ ਦਿਖਾਈ। ਪਰ ਤੁਸੀਂ ਆ ਤੜਕੀ ਚੱਲ ਪਾਉਂਦੀਆਂ ਨੇ ਖੱਚਾਂ ਝਾੜੂ ਦੀਆਂ, ਚੰਗੇ ਬੰਦੇ ਦੇ ਲੱਗ ਜਾਂਦੇ ਨੇ ਵਿਰੋਧ ਕਰਨ, ਚੱਕਦੇ ਹੋ ਕੱਲਾ। ਉਹ ਖਹਿਰੇ ਨੇ ਮਾੜਾ ਤਾਂ ਦੱਸ ਦਿਓ ਕੀ ਕਰਤਾ। ਅਗਲਾ ਲੜਿਆ, ਅਗਲੇ ਨੇ ਪਾਰਟੀ ਬਣਾਈ, ਕਿੰਨਾ ਕੁ ਸਾਥ ਦਿੱਤਾ?
37,000 वोट पई बठिंडे तो तुसी कह दो कांग्रेस च क्यों वग गया, अगला जाऊ नहीं, तुसी कितना साथ देता बई खेरे का, जो तो थोड़े लिए बोल रहा सी, थोड़े लिए खड़ रहा सी, जो तुसी नहीं खड़े अगले ने तो प्लेटफार्म कोई बनाना ही है। वह बिलक बिलक हाथ जोड़ जोड़ के बिलकदा रहा कि पंजाब दे लई बनिया पंजाब लई लड़ांगे, उदो तुसी नहीं साथ दिता। अज फिर वह जूए पीए ते लड़िया, NSA ते लड़िया, अज फिर नहीं तुसी साथ दे रहे, तुहाडे लई लड़ूगा कौन पंजाबी हो ये दसो, तुहाडे लई किसे ने नहीं लड़ना, तुहाडे हक दे विच किसे ने नहीं बोलना, जेकर साडे आही हालात रहे। असी बन गएंगे कौली चट, चप्पल चट बन गएंगे असी लीडरां दे, किसे लीडर दे खिलाफ कोई चूं करके दिखावे कोई नहीं बोलता यार, क्यों चौधरां जांदियां ने ਥਾਣਿਆਂ 'ਚ ਸਲੂਟ ਵੱਜਣੋਂ ਜਾਂਦੇ ਆ, ਕੰਮ ਰੁਕਦੇ ਆ, ਜਿਹ 'ਚ ਜੁਰਤਾਂ ਹੁੰਦੀਆਂ ਨੇ, ਜਿਗਰੇ ਹੁੰਦੇ ਆ, ਕੰਮ ਆਪਦੇ ਆਪ ਕਰਾ ਲੈਂਦੇ ਆ। ਬੰਦੇ ਦਾ ਡਰ ਹੀ ਬਹੁਤ ਹੁੰਦਾ ਵੀ ਫਲਾਣੇ ਬੰਦੇ ਦਾ ਕੰਮ ਹੈ, ਅਗਲਾ ਆਪ ਹੀ ਕਰ ਦਿੰਦਾ। ਚੱਪਲਾਂ ਚੱਟ ਕੇ ਲੀਡਰਾਂ ਦੇ ਥੱਲੇ ਲੱਗ ਕੇ ਨਹੀਂ ਕੰਮ ਹੁੰਦੇ ਹੁੰਦੇ, ਉਹ ਤਾਂ ਐਂ ਲਾ ਲਓ ਇਕੱਲੀ ਪਹਿਚਾਣ ਬਣਾ ਲਓਗੇ, ਪਰ ਉਹ ਚੱਪਲ ਚੱਟ ਕੇ ਬਣੀ ਹੁੰਦੀ ਹੈ, ਜਿਹੜੀ ਜੁਰਤਾਂ ਨਾਲ ਜਿਗਰਿਆਂ ਨਾਲ ਬਣਾਈ ਹੁੰਦੀ ਹੈ, ਉਹ ਪਹਿਚਾਣ ਕਦੇ ਖਤਮ ਨਹੀਂ ਹੁੰਦੀ ਹੁੰਦੀ। ਇਸ ਕਰਕੇ ਪੰਜਾਬ ਦੇ ਲੋਕੋ ਅੱਜ ਖਹਿਰੇ ਨਾਲ ਖੜਨ ਦਾ ਟਾਈਮ ਆ ਗਿਆ। ਖਹਿਰੇ ਨੂੰ ਕੇਜਰੀਵਾਲ ਵਰਗੇ ਜੇਲ੍ਹ 'ਚ ਧੱਕਣਾ ਚਾਹੁੰਦੇ ਆ, ਕਿਉਂ? ਉਹ ਤੇ ਇਹੋ ਜਿਹੀਆਂ ਧਰਾਵਾਂ ਲਾ ਕੇ ਕਿ ਇਹਦੀ ਜ਼ਮਾਨਤ ਨਾ ਹੋਵੇ, ਵੀ ਖਹਿਰੇ ਦੀ ਜ਼ਮਾਨਤ ਵੀ ਨਾ ਹੋਵੇ, ਅੰਦਰ ਹੀ ਰਹੇ, ਇਹਨਾਂ ਨੂੰ ਖੁੱਲ੍ਹ ਖੇਡਾਂ ਹੋ ਜਾਣ, ਕਿਉਂਕਿ ਖਹਿਰਾ ਵਿਧਾਨ ਸਭਾ 'ਚ ਵੀ ਬੋਲਦਾ, ਖਹਿਰਾ ਪੰਜਾਬ ਦੇ ਬਾਹਰ ਵੀ ਬੋਲਦਾ, ਪੰਜਾਬ ਦੇ ਵਿੱਚ ਰਹਿ ਕੇ ਉਹ UAPA ਤੇ NSA 'ਤੇ ਹੀ ਬੋਲਦਾ, ਡਿਬਰੂਗੜ੍ਹ ਜੇਲ੍ਹ 'ਚ ਨੌਜਵਾਨ ਭੇਜਿਆ ਉਹਨਾਂ 'ਤੇ ਵੀ ਬੋਲਦਾ, ਇਹਨਾਂ ਨੂੰ ਖੁੱਲ੍ਹ ਖੇਡ ਹੋ ਜਾਣੀ, ਕਿਉਂਕਿ ਹੋਰ ਨੇ ਕਿਸੇ ਨੇ ਬੋਲਣਾ ਨਹੀਂ। ਆ ਰਾਜੇ ਵੜਿੰਗਾ ਵਰਗੇ ਤਾਂ ਪੱਗਾਂ ਬੰਨ ਬੰਨ ਕੇ ਇਹਨਾਂ ਨਾਲ ਦੀ ਹੋ ਗਏ ਨੇ, ਪੱਗਾਂ 'ਤੇ ਸਿਰ ਫਸਾ ਕੇ, ਬਿੱਟੂ ਤਾਂ ਇਹਨਾਂ ਦੇ ਹੀ ਹੈ, ਉਹ ਲੁਧਿਆਣੇ ਵਾਲਾ, ਉਹ ਤਾਂ ਕੇਜਰੀਵਾਲ ਦਾ ਵੀ ਹੈ, ਉਹ ਉਹਦੇ ਥੱਲੇ ਹੀ ਲੱਗਿਆ ਹੋਇਆ, ਹੋਰ ਤਾਂ ਕੋਈ ਬੰਦਾ ਜੁਰਤ ਵਾਲਾ ਨਾ ਕਾਂਗਰਸ 'ਚ ਹੈ ਨਾ ਅਕਾਲੀਆਂ 'ਚ ਹੈ, ਕਿਉਂਕਿ ਕਿਸੇ ਨੇ ਬੋਲਣਾ ਹੀ ਨਹੀਂ ਹੱਕ ਦੇ ਸੱਚ ਪਿੱਛੇ। ਤਾਂ ਅਕਾਲੀ ਦਲ ਕਹਿੰਦੀ ਆ ਵੀ ਅਸੀਂ ਹਤੈਸੀ ਹਾਂ ਪੰਜਾਬ ਦੇ, ਹੁਣ ਖਹਿਰੇ ਨਾਲ ਖੜੋ ਨਾ, ਫਿਰ ਧੱਕਾ ਹੋ ਰਿਹਾ, ਪਾਰਟੀ ਵਾਈਜ਼ ਤੂੰ ਉੱਠ ਕੇ ਖੜੋ, ਸਿੱਖਾਂ ਲਈ ਖਹਿਰਾ ਖੜਾ ਕਿੱਥੇ ਆ ਸਾਡੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ, ਅੱਜ ਕਿਉਂ ਨਹੀਂ ਖਹਿਰੇ ਦਾ ਸਾਥ ਦਿੰਦਾ, ਵੀ ਤੁਸੀਂ ਸਾਡੇ ਲਈ ਖੜੇ ਹੋ, ਸਾਡੇ ਮੁੱਦੇ ਚੁੱਕੇ ਨੇ, ਵਿਧਾਨ ਸਭਾ 'ਚ ਸਿੱਖਾਂ ਦੀ ਗੱਲ ਕੀਤੀ ਹੈ, ਅਸੀਂ ਤੁਹਾਡੇ ਨਾਲ ਹਾਂ। ਜਦੋਂ ਅਗਲਾ ਬੋਲਣੋਂ ਹਟ ਗਿਆ, ਜਦੋਂ ਅਗਲੇ ਨੂੰ ਜੇਲ੍ਹ 'ਚ ਧੱਕਤਾ, ਫਿਰ ਕਹੋਗੇ ਯਾਰ ਚੰਗਾ ਲੀਡਰ ਸੀ, ਵੀ ਫਿਰ ਬੋਲਣ ਦਾ ਕੀ ਫਾਇਦਾ, ਬਿਲਕੀ ਜਾਇਓ। ਪੰਜਾਬ ਵਾਲੇ ਸਿੱਤਰ ਤਾਂ ਹੀ ਖਾਂਦੇ ਹਾਂ ਅਸੀਂ, ਕਿਉਂਕਿ ਅਸੀਂ ਇਕੱਠੇ ਨਹੀਂ ਹੁੰਦੇ, ਅਸੀਂ ਇੱਕ ਨਹੀਂ ਹੁੰਦੇ। ਛੱਡੋ ਪਾਰਟੀਆਂ ਦੇ, ਮਾਰੋ ਗੋਲੀਆਂ, ਚੰਗੇ ਬੰਦੇ ਦਾ ਸਾਥ ਤਾਂ ਦੇ ਲਿਆ ਕਰੋ ਯਾਰ, ਚੰਗੇ ਬੰਦੇ ਨਾਲ ਤਾਂ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਖੜ ਜਾ ਕਰੋ। ਉਹ ਬੰਦਾ ਪੰਜਾਬ ਲਈ, ਉਹ ਬੰਦਾ ਆਪਦੀ ਪਾਰਟੀ ਛੱਡ ਕੇ ਸਾਡੇ ਲਈ ਖੜਦਾ, ਸੋਚ ਫਿਕਰ ਨਹੀਂ ਕਰਦਾ ਕਿ ਪਾਰਟੀ ਉਹਨੂੰ ਦੰਡ ਲਾ ਦੂਗੀ ਜਾਂ ਉਹਨੂੰ ਟਿਕਟ ਨਹੀਂ ਦੇਊਗੀ ਜਾਂ ਉਹਨੂੰ ਕੱਢ ਦੂਗੀ। ਅਤੇ ਅਸੀਂ ਚਮਚਾਗਿਰੀਆਂ ਨਹੀਂ ਛੱਡ ਸਕਦੇ ਯਾਰ ਲੀਡਰਾਂ ਦੀਆਂ, ਆਹ ਚਮਚਾਗਿਰੀਆਂ ਛੱਡ ਕੇ ਚੰਗੇ ਬੰਦੇ ਦਾ ਸਾਥ ਦੇਣਾ ਸਿੱਖ ਲਓ। ਕੱਲ੍ਹ ਕੀ ਕਰਤੂਤ ਕਰੀਏ ਬਈ, ਜਲੰਧਰ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਓ ਨੂੰ ਸੁਣਨ ਦੇ ਲਈ ਇਕੱਠ ਹੋ ਰਹੇ ਸੀ ਅਤੇ ਪੁਲਿਸ ਨੇ ਉੱਥੇ ਇਕੱਠ ਨੂੰ ਉਧੇੜਤਾ, ਹੁਣ ਬੰਦਾ ਸੁਣ ਵੀ ਨਾ ਸਕੇ। ਮੈਂ ਤਾਂ ਮੂਸੇਵਾਲੇ ਦੇ ਪਿਓ ਨੂੰ ਇਹ ਸਲਾਹ ਦੇਣੀ ਸੀ ਕਿ ਬਾਪੂ ਤੂੰ ਤਾਂ ਲੇਟ ਗਿਆ, ਅੱਜ ਤੋਂ ਮਹੀਨਾ ਪਹਿਲਾਂ ਚੱਲਿਆ ਹੁੰਦਾ ਤਾਂ ਇਹਨਾਂ ਦੀ ਜ਼ਮਾਨਤ ਜ਼ਬਤ ਹੁੰਦੀ। ਐਡਾ ਕਰੇਜ਼ ਹੈ ਮੂਸੇਵਾਲੇ ਦਾ ਲੋਕਾਂ ਦੇ ਮਨਾਂ ਦੇ ਵਿੱਚ, ਨੌਜਵਾਨ ਬਾਹਾਂ 'ਤੇ ਸਪਾਈ ਫਿਰਦਾ ਮੂਸੇਵਾਲੇ ਦੀ ਫੋਟੋ, ਦਿਲਾਂ 'ਚ ਵੱਸਦਾ ਮੂਸੇਵਾਲਾ ਉੱਥੇ ਲੋਕਾਂ ਦੇ। ਮੈਂ NRI ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਜਲੰਧਰਦਿਆਂ ਨੂੰ ਕਿ ਤੁਸੀਂ NRI ਹੋ, ਬਾਹਰੋਂ ਜ਼ੋਰ ਲਾਓ ਕਿ ਇਹਨਾਂ ਇਹ ਝਾੜੂ ਵਾਲੇ ਹਾਰਨੇ ਚਾਹੀਦੇ ਆ, ਜੇ ਹਾਰਨਗੇ ਤਾਂ ਇਹਨਾਂ ਦੀ ਅਕਲ ਟਿਕਾਣੇ ਆਊਗੀ, ਨਹੀਂ ਫਿਰ NSA UAPA ਜਾਂ ਹੋਰ ਜਿਹੜੇ ਕੇਸ ਬਣੇ ਨੇ ਸਾਡੇ ਲਈ ਉਹ ਸਾਡੇ 'ਤੇ ਲਾਉਣਗੇ ਅਤੇ ਅਸੀਂ ਚੁੱਪ ਰਹਾਂਗੇ ਅਤੇ ਅਸੀਂ ਫਿਰ ਇਹਨਾਂ ਦੇ ਦਾਗੜ ਦੱਲੇ ਬਣ ਕੇ, ਚੱਪਲ ਚੱਟ ਬਣ ਕੇ ਇਹਨਾਂ ਦੇ ਥੱਲੇ ਫੇਰ ਲੱਗ ਜਾਂਗੇ। ਚਲੋ ਜੀ, ਨਾ ਅਸੀਂ ਗਾਤਰੇ ਦੇਖਣੇ ਵੀ ਸਾਡੇ ਗਾਤਰੇ ਪਾਏ ਆ, ਨਾ ਅਸੀਂ ਪੱਗਾਂ ਦੇਖਣੀਆਂ ਨੇ, ਨਾ ਅਸੀਂ ਦਾੜੀਆਂ ਦੇਖਣੀਆਂ ਨੇ, ਪਾ ਪਾ ਕੇ ਗਾਤਰੇ, ਬੰਨ ਬੰਨ ਕੇ ਪੱਗਾਂ, ਰੱਖ ਰੱਖ ਕੇ ਦਾੜੀਆਂ, ਅਸੀਂ ਆਹ ਲੀਡਰਾਂ ਦੇ ਥੱਲੇ ਲੱਗੇ ਫਿਰਦੇ ਹਾਂ ਜਿਹੜੇ ਸਾਡੀ ਨਸਲਕੁਸ਼ੀ ਕਰਦੇ ਆ। ਮੈਂ ਇਕੱਲੇ ਝਾੜੂ ਵਾਲਿਆਂ ਨੂੰ ਕਹਿੰਦਾ, ਅਕਾਲੀ ਕਾਂਗਰਸੀ ਵੀ ਇਹਨਾਂ ਨੇ ਹੀ ਬਹੁਤ ਕੀਤੀ ਹੈ, 84 'ਚ ਕੀ ਕੁਛ ਹੋਇਆ, ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ, ਉਦੋਂ ਬਾਅਦ ਗੋਲੀਆਂ ਕਿਹਨੇ ਚਲਵਾਈਆਂ ਬਾਦਲਾਂ ਨੇ, ਆਹ ਹੁਣ ਨਸਲਕੁਸ਼ੀ ਝਾੜੂ ਨੇ ਕੀਤੀ ਹੈ, ਘੱਟ ਕੋਈ ਨਹੀਂ। ਪਰ ਝਾੜੂ ਵਾਲੇ ਕਹਿੰਦੇ ਹੁੰਦੇ ਸੀ ਅਸੀਂ ਤਾਂ ਚੰਗੇ ਹਾਂ ਜੀ, ਅਸੀਂ ਤਾਂ ਇਨਕਲਾਬੀ ਹਾਂ ਜੀ, ਇਨਕਲਾਬ ਲੈ ਕੇ ਆਵਾਂਗੇ, ਆਹੀ ਇਨਕਲਾਬ ਸੀ। ਭਗਤ ਸਿੰਘ ਆਹੀ ਕਹਿੰਦਾ ਸੀ ਵੀ NSA ਲਾ ਕੇ ਡਿਬਰੂਗਾ ਠੋਕ ਦਿਉ, ਭਗਤ ਸਿੰਘ ਆਹੀ ਕਹਿੰਦਾ ਸੀ ਵੀ ਚੌਂਕਾਂ ਦੇ ਵਿੱਚ ਇਕੱਠ ਹੋਊਗਾ, ਮੂਸੇਵਾਲੇ ਦਾ ਪਿਓ ਆਊਗਾ ਅਤੇ ਉਹਨੂੰ ਡੰਡੇ ਮਾਰ ਮਾਰ ਖੇਡ ਦਿਉ, ਸੁਣ ਨਾ ਦਿਓ, ਆਹ ਸੋਚ ਸੀ ਭਗਤ ਸਿੰਘ ਦੀ। ਭਗਤ ਸਿੰਘ ਆਹ ਕਹਿੰਦਾ ਸੀ ਕਿ ਕੋਈ ਪੱਤਰਕਾਰ ਤੁਹਾਡੇ ਖਿਲਾਫ ਖਬਰ ਲਾਊਗਾ ਅਤੇ ਤੁਸੀਂ ਉਹ 'ਤੇ ਪਰਚਾ ਪਾ ਦਿਉ ਜਾਤੀ ਸੂਚਕ ਦਾ, ਇਹ ਭਗਤ ਸਿੰਘ ਦੀ ਸੋਚ ਸੀ। ਅਕਲ ਨੂੰ ਹੱਥ ਮਾਰੋ ਪੰਜਾਬ ਦੇ ਲੋਕੋ, ਇਕੱਠੇ ਹੋ ਜਾਓ, ਇਹ ਲੀਡਰ ਇਕੱਠੇ ਹੈ, ਪੰਜਾਬ ਬਚਾ ਲਓ ਜੇ ਬਚਾ ਹੁੰਦਾ। ਇੰਨੀਆਂ ਕੁ ਬੇਨਤੀਆਂ ਸੀ, ਸ਼ੇਅਰ ਕਰ ਦਿਓ, ਸੁਖਪਾਲ ਖਹਿਰੇ ਨਾਲ ਖੜੋ, ਮੂਸੇਵਾਲੇ ਦੇ ਪਿਓ ਦੀ ਗੱਲ ਸੁਣੋ ਅਤੇ ਜਲੰਧਰ ਵਾਸੀਓ, ਇਹਨਾਂ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।